ਉਹ ਇਹਨਾਂ ਧਰਨਾ ਲਾ ਕੇ ਸਾਰਿਆਂ ਮੁਲਾਜ਼ਮਾਂ ਨੇ ਕੀਤੀ। ਅਸੀਂ ਉਹਨਾਂ ਦੇ ਬਾਰੇ ਆਪਣੇ ਸੁਪਰਡੈਂਟ ਸਾਹਿਬ ਨੂੰ ਬਲਕਰਨ ਜੀ ਨੂੰ ਪੁੱਛ ਰਿਹਾ ਵੀ ਇਹ ਤੁਹਾਡਾ ਪੰਜਾਬ ਸਰਕਾਰ ਦੇ ਵਿੱਚ ਜਾਂ ਤੁਹਾਨੂੰ ਕੋਈ ਤਨਖਾਹਾਂ ਦਾ ਜਿਹੜਾ ਤੁਸੀਂ ਮੰਗ ਮੰਗੀ ਹੈ ਜਾਂ ਤੁਸੀਂ ਆਉਂਦੇ ਜੇ ਜਿਹੜਾ ਵੀ ਸਾਨੂੰ ਅਗਰ ਤਰੱਕੀਆਂ ਦੇ ਵਾਸਤੇ ਇਹਨਾਂ ਦਾ ਤੁਹਾਡਾ ਕੀ ਵਿਚਾਰ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ? ਸਾਨੂੰ ਜੀ ਸਾਡੇ ਕੈਸਕਟਰਾਂ ਨੂੰ 7-7 ਮਹੀਨੇ ਜਿਹੜੀ ਸਾਡੀ ਤਨਖਾਹ ਨਹੀਂ ਮਿਲੀ ਹੈ, ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਹਾਂ ਸਾਡੀ ਤਨਖਾਹ ਰੈਗੂਲਰੇਟ ਕੀਤੀ ਜਾਵੇ, ਇਹਨਾਂ ਦਾ ਕੋਈ ਸਾਡਾ ਹੈੱਡ ਬਣਾਇਆ ਜਾਵੇ, ਕਿਉਂਕਿ ਸਮੇਂ ਸਿਰ ਤਨਖਾਹ ਨਹੀਂ ਮਿਲਦੀ ਜਿਸ ਕਰਕੇ ਬੱਚਿਆਂ ਦੀਆਂ ਫੀਸਾਂ ਸਾਰਾ ਲੇਟ ਹੋ ਜਾਂਦਾ ਹੈ ਅਤੇ ਤਨਖਾਹ ਬਣਾ ਗੁਜ਼ਾਰਾ ਕਰਨਾ ਮੁਲਾਜ਼ਮ ਨੂੰ ਬਹੁਤ ਔਖਾ ਹੈ। ਇੱਕ ਤਾਂ ਸਾਡੀ ਤਨਖਾਹ ਜਿਹੜੀ ਹੈ ਰੈਗੂਲਰ ਕੀਤੀ ਜਾਵੇ, ਇੱਕ ਸਾਡੀ ਜਿਹੜੀ ਮੰਗ ਆਈ ਉਹ ਪੀ ਐੱਸ ਹਬੋਰ ਦੀ ਜਿਹੜੀ ਕਾਰਸਾਤ ਅਫਸਰ ਪੰਚਾਇਤ ਸਮਿਤੀ ਦੀ ਜਿਹੜੀ ਸਾਡੀ ਪੋਸਟ ਹੈ ਉਹਨੂੰ ਬਰਕਰਾਰ ਕੀਤੀ ਜਾਵੇ, ਕਿਉਂਕਿ ਜਦੋਂ ਸੁਪਰਡੈਂਟ ਹੈਗੇ ਉਹ ਸੁਪਰਡੈਂਟ ਹੀ ਰਿਟਾਇਰ ਹੋ ਜਾਂਦੇ ਹਨ ਅਤੇ ਪੰਚਾਇਤ ਅਫਸਰ ਜਿਹੜੇ ਪੰਚਾਇਤ ਅਫਸਰ ਹੀ ਰਿਟਾਇਰ ਹੋ ਜਾਂਦੇ ਹਨ। ਐਡਮਿਸ਼ਨਾਂ ਨੀ ਹੋ ਰਹੀਆਂ ਹਨ ਤੇ ਬੱਚੇ ਜਿਹੜੇ ਸਾਡੇ ਪਿਆਸਕਤਰ 7-7 ਮਹੀਨਿਆਂ ਤੋਂ ਤਨਖਾਹ ਬਗੈਰ ਬੈਠੇ ਆ। ਅਸੀਂ ਇਹੀ ਸਰਕਾਰ ਨੂੰ ਅਸੀਂ 20 ਦਿਨਾਂ ਤੋਂ ਅੱਜ ਤੱਕ ਹੜਤਾਲ ਤੇ ਬੈਠੇ ਹਾਂ, ਕਲਮ ਛੋੜ ਹੜਤਾਲ ਸਾਡੀ ਚੱਲ ਰਹੀ ਹੈ, ਸਾਰੇ ਸਟਾਫ ਦੀ ਸੰਮਤੀ ਮੁਲਾਜ਼ਮ ਸਾਰੇ ਆਪਣੇ ਦਰੀਆਂ ਤੇ ਬੈਠੇ ਹਨ। ਅਸੀਂ ਇਹ ਕਹਿ ਰਹੇ ਇੱਕ ਤਾਂ ਜੀ ਸਾਡੀ ਬੇਨਤੀ ਸਰਕਾਰ ਨੂੰ ਵਾਰ ਵਾਰ ਕਰ ਰਹੇ, ਇੱਕ ਤਾਂ ਸਾਡੀ ਤਨਖਾਹ ਜਿਹੜੀ ਉਹ ਰੈਗੂਲਰ ਕੀਤੀ ਜਾਵੇ, ਇਹਦਾ ਕੋਈ ਖਜ਼ਾਨੇ 'ਚ ਉਹਦਾ ਹੈੱਡ ਬਣਾਇਆ ਜਾਵੇ, ਇਹ ਸਮੱਸਿਆ ਨੂੰ ਜਿਹੜਾ ਸਾਡਾ ਪਹਿਲ ਦੇ ਆਧਾਰ ਤੇ ਸੁਣਿਆ ਜਾਵੇ, ਦੂਰ ਕੀਤਾ ਜਾਵੇ। ਇੱਕ ਸਾਡੀ ਜਿਹੜੀ ਪੰਚਾਇਤ ਚਾਰ ਤੋਂ ਬਾਅਦ ਜਿਹੜੀ ਪੈਨਸ਼ਨ ਸਕੀਮ ਹੈ ਜਿਹੜੀ ਉਹ ਅਸੀਂ ਬਹਾਲ ਕਰਾਉਣੀ ਚਾਹੁੰਦੇ ਹਾਂ, ਕਿਉਂਕਿ ਉਹ ਸਾਡੀ ਬੰਦ ਹੈਗੀ, ਉਹਨੂੰ ਅਸੀਂ ਬਹਾਲ ਕਰਾਉਣਾ ਚਾਹੁੰਦੇ ਹਾਂ 2004 ਤੋਂ ਜਿਹੜੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਤੇ ਇੱਕ ਸਾਡੀ ਜੋ ਤਰੱਕੀ ਦੀ ਹੈ ਜੋ ਪੰਚਾਇਤ ਸਕੱਤਰ ਤੋਂ ਪੰਚਾਇਤ ਅਫਸਰ ਤੋਂ ਬਾਅਦ ਕੋਈ ਤਰੱਕੀ ਨਹੀਂ ਹੈ, ਇਸੇ ਤਰ੍ਹਾਂ ਹੀ ਕਲਰਕ ਤੋਂ ਬਾਅਦ ਜਦੋਂ ਸੁਪਰਡੈਂਟ ਤੋਂ ਬਾਅਦ ਕੋਈ ਵੀ ਤਰੱਕੀ ਨਹੀਂ ਅੱਗੇ, ਅਸੀਂ ਇਹ ਚਾਹੁੰਦੇ ਸਾਡੀ ਯੂਪੀਸੀ ਤਰੱਕੀ ਬਣਦੀ ਹੈ, ਜਿਹੜੀ ਸਾਡੀ ਜਾਇਜ਼ ਮੰਗ ਹੈ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਉਹ ਸਾਡੀ ਬਹਾਲ ਕੀਤੀ ਜਾਵੇ, ਸਾਨੂੰ ਜਿਹੜਾ ਬਣਦਾ ਜਿਹੜਾ ਹੱਕ ਦਿੱਤਾ ਜਾਵੇ। ਤੇ ਇਹੀ ਮੈਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਡੀ ਜਲਦ ਤੋਂ ਜਲਦ ਜਿਹੜੀ ਸੁਣਵਾਈ ਕੀਤੀ ਜਾਵੇ। AKS ਮੀਡੀਆ ਹਬੋਰ ਵੱਲੋਂ ਗੁਰਪ੍ਰੀਤ ਸਿੰਘ ਕੈਮਰਾਮੈਨ, ਕ੍ਰਾਈਮ ਰਿਪੋਰਟਰ ਮਲਕੀਤ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਰੋਸਮਈ ਧਰਨੇ ਦੇ ਪੰਚਾਇਤ ਸਕੱਤਰ ਯੂਨੀਅਨ ਪੰਚਾਇਤ ਸਮਿਤੀ ਦੇ ਜਿੰਨੇ ਵੀ ਮੁਲਾਜ਼ਮ ਸਾਡੇ ਬਹੁਤ ਹੀ ਸਤਿਕਾਰਯੋਗ ਸੁਪਰਡੈਂਟ ਸਾਹਿਬ ਬਲਕਰਨ ਸਿੰਘ ਜੀ, ਨਾਲ ਹੀ ਮਨਰੇਗਾ ਯੂਨੀਅਨ ਦੇ ਪ੍ਰਧਾਨ ਅਤੇ ਉਹਨਾਂ ਦੇ ਸੈਕਟਰੀ ਸਾਹਿਬਾਨ ਅਤੇ ਸਮੂਹ ਸਟਾਫ, ਸਾਡੇ ਸਟਾਫ ਦੇ ਪਟਵਾਰੀ ਸਾਹਿਬ ਜੋ ਸਹਿਯੋਗ ਦੇ ਰਹੇ ਨੇ। ਇਹ ਦੇਖੋ ਕਿੱਡਾ ਮੰਦਭਾਗਾ ਸਮਾਂ ਹੈ ਕਿ ਇੱਕ ਮੁਲਾਜ਼ਮਾਂ ਨੂੰ ਦਿਲੀ ਉੱਪਰ ਬੈਠਣਾ ਪੈ ਗਿਆ ਹੈ। ਇਹ ਨਿਕੰਮੀ ਸਰਕਾਰ ਦੇ ਕੰਮ ਹੋ ਸਕਦੇ ਨੇ, ਕਿਉਂਕਿ ਵਾਅਦੇ ਬਹੁਤ ਕੀਤੇ ਜਾਂਦੇ ਨੇ ਪਰ ਉਹਨਾਂ ਵਾਅਦਿਆਂ ਤੇ ਅਮਲ ਨਹੀਂ ਕੀਤਾ ਜਾਂਦਾ। ਅੱਜ 13ਵੇਂ ਦਿਨ ਤੇ ਧਰਨਾ ਪਹੁੰਚ ਚੁੱਕਿਆ ਹੈ, ਪਰ ਨਹੀਂ